कदे जलाल पिंड माणक के नाँ तो मशहूर हुंदा, कदे जलाल पिंड अजमेर जलाल तो मशहूर हुंदा, कदे जलाल पिंड की चर्चा हुंदी आ रुपिंदर जलाल के नाम से। पर पिछले दिनों दे विच जलाल पिंड की चर्चा हुई तो बहुत ज़्यादा सोशल मीडिया से चर्चित होया पिंड अज रुपिंदर जलाल के एक भाषण तो। भाषण भी इन्ना कैड़ा काम करता है कि कल्ला जलाल पिंड नूं नहीं ठोकरिया, पूरे पंजाब नूं की पूरे किसान जगत नूं ठोकर के रखता, हिला के रखता। उस शब्दा ने वो शब्द कित्थों आए, किमें आए, आपां बाई रुपिंदर नाल गल करदे आं। ते अगली गल आपां इह भी करदे आं कि वो शब्दों का किन्ना असर होया। मेरे ते बहुत होया, मैनू ऐ लग्या कि रुपिंदर मेरे पिंड का मैनू कह रहा, मेरे परिवार को कह रहा। मैनू ये महसूस हो रहा सीगा उदों मैं उस वक्त घर बैठा सुन रहा सीगा, ऐ लग्या कि यार वो बंदे दे जे मत्थे लगे तो उत्थे जाके लगना, इत्थे नहीं लगना। इन्ना असरदार वो गल्लां बातां सीगियां। भाई रुपिंदर पहला तो मैनू इउं दस भी उदे इन्ना क्रोधित किवें होया पिया सी, की गल की बन गई सी यार इह जी? नहीं भाई गल पता किद्दां है, हर एक पिंड की स्टोरी है। हाँ भी जिहड़ियां पार्टियां बाजियां ने सानू खराब करता जी, तो उन्होंने पार्टियां बाजियां के पिछे लग के गुस्सा मैनू इतों आया भी जो असी किसी पार्टियां मगर जाना हुंदा ਤਾਂ ਉਦੋਂ ਤਾਂ ਅਸੀਂ ਬੱਸਾਂ ਭਰ ਭਰ ਕੇ ਜਾਂਦੇ ਹਾਂ। ਜਿੱਦੇ ਸਾਡੀ ਹੋਣ ਦੀ ਲੜਾਈ ਆ, ਜਿੱਦੇ ਸਾਡੇ ਜਵਾਕਾਂ ਦੇ ਭਵਿੱਖ ਦੀ ਲੜਾਈ ਆ, ਜਿੱਦੇ ਸਾਡੀ ਜ਼ਮੀਨ ਦੀ ਲੜਾਈ ਸੀ, ਉਹਦੇ ਇਹ ਬੰਦੇ ਸਾਰੇ 24-25 ਰਹਿ ਗਏ, ਉਹਨਾਂ 'ਚੋਂ ਜ਼ਮੀਨ ਵਾਲੇ ਅੱਧੇ ਸੀ। ਸੋ ਗੁੱਸਾ ਸੀਗਾ ਯਾਰ ਦਿਲ ਦੇ ਵਿੱਚ ਵੀ ਜੇ ਆਪਾਂ ਆਪਦੇ ਜਵਾਕਾਂ ਦੀ ਲੜਾਈ, ਜੇ ਆਪਾਂ ਆਪਦੀ ਜ਼ਮੀਨ ਦੀ ਲੜਾਈ ਨਹੀਂ ਲੜ ਸਕਦੇ ਫਿਰ ਆਪਾਂ ਕੋਈ ਲੜਾਈ ਵੀ ਨਹੀਂ ਲੜ ਸਕਦੇ। ਸੋ ਇਸ ਕਰਕੇ ਉਦੋਂ ਬੋਲਿਆ ਗਿਆ ਹੈ ਨਾ, ਚਲੋ ਅਗਰੈਸਿਵ ਹੋ ਜਾਂਦਾ ਪਿੰਡ 'ਤੇ, ਮੈਨੂੰ ਬਹੁਤ ਮਾਣ ਆਪਦੇ 'ਤੇ, ਮਾਣ ਵਾਲੇ ਦਾ ਹੀ ਗੁੱਸਾ ਆਉਂਦਾ, ਤੇ ਪਿੰਡ ਨੂੰ ਮੇਰੇ ਤੇ ਬਹੁਤ ਮਾਣ ਆ। ਇਹ ਨਹੀਂ ਕੋਈ ਗੱਲ ਵੀ ਮੇਰੇ ਪਿੰਡ ਨੇ ਮੇਰੇ ਤੇ ਗੁੱਸਾ ਕੀਤਾ, ਬਹੁਤ ਵੱਡੇ ਪੱਧਰ ਤੇ ਆ ਸਾਰਾ ਮੇਰਾ ਪਿੰਡ ਹੀ ਖੜਾ, 100-125 ਬੰਦਾ। ਮੈਨੂੰ ਲੱਗਦਾ ਵੀ ਜਿੰਨਾ ਵੱਡਾ ਇੱਥੇ ਲਾਮ ਲਸ਼ਕਰ ਆ, 45-50 ਕਿਲੋਮੀਟਰ ਦਾ, ਸਭ ਤੋਂ ਵੱਧ ਗਿਣਤੀ ਜਲਾਲ ਪਿੰਡ ਦੀ ਹੋ ਗਈ ਇਸ ਟਾਈਮ ਜੀ ਆਪਾਂ ਗਿਣੀਏ। ਰੁਪਿੰਦਰ ਮੈਂ ਤੈਨੂੰ ਇਹ ਗੱਲ ਦੱਸਦਾ ਵੀ ਜਿਹੜਾ ਤੁਹਾਡਾ ਉਹ ਭਾਸ਼ਣ ਹੋਇਆ ਨਾ, ਉਹਨੇ ਮੇਰੇ ਵਰਗੇ ਕਈ ਬੰਦਿਆਂ ਦੇ ਮੱਥੇ ਤੇ ਤਰੇਲੀਆਂ ਲਿਆਂਦੀਆਂ। ਐ ਲੱਗਿਆ ਕਿ ਯਾਰ ਅਗਲਾ ਹੋਕਾ ਆਪਣੇ ਪਿੰਡੋਂ ਆ ਸਕਦਾ ਇਸੇ ਤਰ੍ਹਾਂ। ਉਹ ਸਾਰੇ ਪਿੰਡਾਂ ਨੂੰ ਹੀ ਸੀਗਾ, ਉਹ ਇਕੱਲੇ ਜਲਾਲ ਨੂੰ ਨਹੀਂ ਸੀ, ਜਲਾਲ ਤਾਂ ਖੜ ਕੇ ਦਿੱਤਾ ਗਿਆ ਸੀ, ਉਹ ਸਾਰੇ ਪਿੰਡਾਂ ਨੂੰ ਹੀ ਸੀਗਾ, ਪਿੰਡਾਂ ਨੂੰ ਹੀ ਸੀ। ਬਹੁਤ ਵੀਰ ਮਿਲਦੇ ਆ ਇੱਥੇ ਵੀ, ਬਾਈ ਤੇਰੀ ਵੀਡੀਓ ਦੇਖੀ। ਦੇਖੋ ਆਪਣਾ ਮੈਂ ਕੋਈ ਐਡਾ ਹੋਇ ਨਹੀਂਗਾ ਵੀ ਕਿਸੇ ਨੂੰ ਬੇਇੱਜ਼ਤ ਕਰਾਂ ਜਾਂ, ਕਿਉਂਕਿ ਜਦੋਂ ਆਪਾਂ ਕਿਸੇ ਜੰਗ ਜੁੱਧ 'ਚ ਜਲਦੇ ਹਾਂ, ਮਤਲਬ ਜੁੱਧ ਹੀ ਆਪਣਾ ਇੱਧਰ ਸੈਂਟਰ ਨਾਲ ਪੇਚਾ ਦਾ ਪੂਰਾ ਅੜਿਆ ਪਿਆ ਜਿਵੇਂ ਉਹਦੇ ਕਹਿਣਗੂ, ਅਤੇ ਜਦੋਂ ਆਪਾਂ ਆਪਦੇ ਪਿੰਡਾਂ 'ਚੋਂ ਨਹੀਂ, ਜੇ ਹੁਣ 6,000-6,500 ਪਿੰਡ ਵੋਟ ਵਾਲੇ ਪਿੰਡ 'ਚੋਂ 25 ਬੰਦੇ ਜਾਣਗੇ ਤਾਂ ਹੋਰਾਂ ਪਿੰਡਾਂ 'ਚੋਂ ਕਿਵੇਂ ਜਾਣਗੇ? ਸੋ ਇਹ ਹਰ ਇੱਕ ਪਿੰਡ ਦੀ ਸਿਹਰੀ ਜਿਹੜੀ ਉਹ ਗੱਲ, ਅਤੇ ਚਲੋ ਠੀਕ ਆ ਹੋ ਜਾਂਦਾ। ਉਦੋਂ ਬਾਅਦ ਬਹੁਤ ਭਰਾ ਜਿਹੜੇ ਬਹੁਤ ਸਾਡੇ ਚਾਚੇ ਤਾਏ ਸਾਰੇ ਆਈ ਜਾਂਦੇ ਆ, ਬੜੀ ਖੁਸ਼ੀ ਆ। ਅਤੇ ਹਰ ਇੱਕ ਪਿੰਡ ਦੇ ਵਿੱਚੋਂ ਜਿੱਦਾਂ ਇੱਦਾਂ ਲੋਕ ਉੱਠ ਕੇ ਆ ਰਹੇ ਆ, ਅਤੇ ਤਾਂਹੀਓ ਇੱਡੇ ਵੱਡੇ ਜਿਹੜੇ ਇਕੱਠ ਆ ਇਹ ਜੁੜ ਰਹੇ ਆ ਬਾਈ। ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਵੈਸੇ ਦੱਸਣ ਦੀ ਲੋੜ ਨਹੀਂ, ਇਹ ਰੁਪਿੰਦਰ ਹੋਣੀ ਉਹ ਬੰਦੇ ਆ ਵੀ ਜਿਵੇਂ ਆਪਾਂ ਕਹਾਵਤ ਨਹੀਂ ਕਹਿੰਦੇ ਹੁੰਦੇ ਵੀ 100 ਕੰਮ ਆ ਇੱਕ ਆਰੀ, ਕੰਮਾਂ ਤਾਂ 100 ਇਕੱਠਾ ਹੋ ਜਾਂਦਾ ਹੁੰਦਾ, ਆਰ ਕਰਨ ਵਾਲਾ ਬੰਦਾ ਜਿਹੜਾ ਉਹ ਪਹਿਲਾਂ ਆਰ ਕਰ ਦੇਵੇ। ਤਾਂ ਇਹ ਆਰੀ ਬੰਦਿਆਂ ਦੇ ਵਿੱਚੋਂ ਇੱਕ ਆ। ਜਦੋਂ ਸੰਘਰਸ਼ ਦਾ ਮੁੱਢ ਬੰਨਿਆ ਗਿਆ, ਜਦੋਂ ਸੰਘਰਸ਼ ਮੁੱਢੋਂ ਚੱਲਿਆ ਸਟਾਰਟ ਹੋਇਆ, ਜਦੋਂ ਪਿੰਡਾਂ ਦੇ ਵਿੱਚ ਵਿਰਲੇ ਟਾਵੇਂ ਬੰਦੇ ਨੂੰ ਇਹ ਹੀ ਪਤਾ ਸੀਗਾ ਕਿ ਸੰਘਰਸ਼ ਕਿਹੜੀ ਗੱਲ ਦੀ ਲੜਾਈ ਚੱਲ ਰਹੀ ਆ, ਉਦੋਂ ਰੁਪਿੰਦਰ ਹੋਣੀ ਆਪਣਾ ਸਾਰਾ ਕੰਮ ਕਾਰ ਛੱਡ ਕੇ, ਟੂਰਨਾਮੈਂਟਾਂ ਦੀ ਕਮੈਂਟਰੀ ਛੱਡ ਕੇ, ਆਪਣਾ ਕਰੀਅਰ ਛੱਡ ਕੇ ਇੱਧਰ ਨੂੰ ਹੋ ਗਏ। ਕਿਉਂਕਿ ਇਹ ਚੀਜ਼ਾਂ ਦਾ ਬਾਈ ਜਦੋਂ ਆਪਾਂ ਸਰਕਾਰਾਂ ਨਾਲ ਮੱਥਾ ਲਾਉਂਦੇ ਹਾਂ, ਆਪਣੇ ਕਰੀਅਰ 'ਤੇ ਬੈਡ ਇਫੈਕਟ ਤਾਂ ਪੈਂਦੇ ਆ ਬਾਈ ਬਹੁਤ। ਆਪਾਂ ਉਹ ਚੀਜ਼ ਦੀ ਪਰਵਾਹ ਹੀ ਨਹੀਂ ਮੰਨੀ ਬਾਈ। ਦੇਖੋ ਚਲੋ ਆਪਾਂ ਹਰ ਇੱਕ ਨੂੰ ਆਪਦੇ ਲਪੇਟੇ ਦੇ ਵਿੱਚ ਲਿਆ ਨਾ, ਜਿਹੜਾ ਸਿਸਟਮ ਖਿਲਾਫ ਆ, ਠੀਕ ਆ, ਉਹਨੂੰ ਆਪਾਂ ਉਹਦੇ ਖਿਲਾਫ ਵੀ ਬੋਲੇ ਹਾਂ, ਚਾਹੇ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਆਮ ਆਦਮੀ ਵਾਲੇ। ਟੂਰਨਾਮੈਂਟ ਕਿਹਨਾਂ ਨੇ ਕਰਾਉਣੇ ਆ, ਇਹਨਾਂ ਤਿੰਨਾਂ ਨੇ ਕਰਾਉਣੇ ਆ, ਆਪਾਂ ਨੂੰ ਕੋਈ ਪਰਵਾਹ ਨਹੀਂ ਬਾਈ। 20 ਸਾਲ ਹੋ ਗਏ ਕੰਮ ਕਰ ਲਿਆ ਬਥੇਰਾ, ਆਹ ਲੜਾਈ ਆ ਜਿਹੜੀ, ਆਹ ਗੋਲਡਨ ਟਾਈਮ ਆ। 20 ਸਾਲਾਂ ਦੇ ਵਿੱਚ ਬੜਾ ਸੁੱਖ ਦੇਖਿਆ, ਬੜਾ ਸਟਰਗਲ ਵੀ ਕੀਤਾ ਐਵੇਂ ਕਰੀਏ, ਪਰ ਜਿਹੜਾ ਆਹ ਟਾਈਮ ਆ, ਅੱਜ ਹੁਣ ਇੱਥੇ 15 ਦਿਨ ਆ ਬਾਈ, ਮੈਨੂੰ ਨਜ਼ਾਰਾ ਆਇਆ ਪਿਆ। ਤੁਹਾਡੇ ਆਉਣ ਤੋਂ ਪਹਿਲਾਂ ਮੈਂ ਉੱਠਿਆ ਸੀ, ਰਾਤ ਨੂੰ 2 ਵਜੇ ਸੌਂਦਾ, ਰਾਖੀ ਰੁਖੀ ਕਰਕੇ, ਚਲੋ ਵੀ ਕੋਈ ਬੰਦਾ ਕੋਈ ਗਲਤ ਸ਼ਰਾਰਤੀ ਅੰਸਰ ਨਾ ਹੋਵੇ, ਐਸ ਵੇਲੇ ਉੱਠੀ ਦਾ, ਹੁਣ ਫਿਰ ਆਪਾਂ ਸੰਗਤ ਦੀ ਸੇਵਾ। ਨਹੀਂ ਵੈਸੇ ਇੱਕ ਗੱਲ ਮੈਨੂੰ ਲੱਗਦਾ ਕਿ ਜੇ ਤਾਂ ਬਈ ਕੋਈ ਜਮਾ ਹੀ ਮਾੜਾ ਹੋਊ ਤਾਂ ਕਹਿਣਾ ਕੀ ਆ,
पर जे तो रुपिंदर ने लड़ी है कोई निजी लड़ाई कोई निजी फायदा चुक लिया तो फिर भी वो करियर से असर पैना चाहिए। जे रुपिंदर ने वाकई कोई पंजाब लई पंजाबीयत लई काम किया जिहड़ा बंदा घरे भी बैठा गुस्सा मनी भी बैठा तो जे उहदे लई भी काम किया तो फिर उहनूं लग मैनूं नहीं लगता कि उहनूं बंदे नूं इह गल मननी चाहीदी आ। क्योंकि बई जी पता की चक्कर आ इह इतिहास बाबा नानक लिख रहा जी देख लो भी किन्ना माहौल वधिया तुसीं आ के देखिया सर इहो जिहा माहौल आपां ਤੁਸੀਂ ਤਾਂ ਆਪਦੀ ਜ਼ਿੰਦਗੀ ਚ ਦੇਖਿਆ ਨੀ। ਮੈਂ ਵੀ ਮੈਂ ਤਾਂ ਬਹੁਤ ਛੋਟਾ ਗਾ ਤੁਹਾਡੇ ਤੋਂ, ਆ ਸਾਰੇ ਬਜ਼ੁਰਗ ਸਾਡੇ ਖੜੇ ਆ ਇਹਨਾਂ ਨੇ ਵੀ ਨਹੀਂ ਦੇਖਿਆ ਹੋਣਾ ਕਿਸੇ ਨੇ ਵੀ ਇਹ ਇਤਿਹਾਸ ਲਿਖਿਆ ਜਾ ਰਿਹਾ ਕਿ ਸੁਨਹਿਰੀ ਅੱਖਰਾਂ ਦੇ ਵਿੱਚ ਆਪਦਾ ਆਪਾਂ ਨਾਂ ਲਿਖਵਾਈਏ। ਆਪਾਂ ਛੱਡ ਦਈਏ ਸਾਰਾ ਕੁਝ ਵੀ ਅਸੀਂ ਪਾਰਟੀਆਂ ਬਾਜ਼ੀਆਂ ਛੱਡ ਦਈਏ ਜਾਂ ਗੁੱਸੇ ਗਿੱਲੇ ਛੱਡ ਦਈਏ ਜਾਂ ਜੋ ਵੀ ਹੁੰਦਾ ਆਪਦੇ ਆਪਣਾ ਪਿੰਡਾਂ ਦੇ ਵਿੱਚ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਵੀ ਆਪਦਾ ਆ ਕੇ ਇੱਥੇ ਸੇਵਾ ਕਰੀਏ ਆਪਦਾ ਇਤਿਹਾਸ ਦੇ ਵਿੱਚ ਨਾਂ ਦਰਜ ਕਰਾਈਏ ਤਾਂ ਜੋ ਅਸੀਂ ਆਪਦੇ ਜਵਾਕਾਂ ਨੂੰ ਦੱਸ ਸਕੀਏ। ਕੱਲ੍ਹ ਨੂੰ ਵੀ ਦਿੱਲੀ ਮੋਰਚਾ ਲੱਗਿਆ ਸੀ ਆਪਦੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਅਸੀਂ ਉੱਥੇ ਡਟ ਕੇ ਖੜੇ ਸੀ। ਵੀ ਆਹੋ ਇਹ ਨਾ ਹੋਵੇ ਵੀ ਸਾਡਾ ਪੋਤਰਾ ਸਾਨੂੰ ਪੁੱਛੇ ਵੀ ਬਾਪੂ ਆਹ ਫਿਰ ਇਹ ਸੰਨ ਦੀ ਗੱਲ ਆ ਇਹ 2020 ਦੀ ਅਤੇ ਉਦੋਂ ਤੂੰ 37-38 ਸਾਲਾਂ ਦਾ ਸੀਗਾ ਤੂੰ ਵੀ ਜਵਾਨ ਸੀ ਤੇਰੇ ਨੈਣ ਪੁਰਾਣ ਕੰਮ ਕਰਦੇ ਸੀ ਤੇ ਤੇਰੀ ਬਾਪੂ ਕੋਈ ਫੋਟੋ ਫਾਟੋ ਹੈਗੀ ਤਾਂ ਦਿਖਾ ਤੇ ਉੱਥੇ ਫਿਰ ਸਾਡੇ ਪੋਤਰੇ ਨੂੰ ਸਾਥੋਂ ਜਵਾਬ ਨਾ ਦਿੱਤਾ ਜਾਵੇ ਵੀ ਪੁੱਤ ਨਹੀਂ ਮੈਂ ਤਾਂ ਉਦੋਂ ਢਿੱਲਾ ਜਿਹਾ ਸੀ ਆਪਣੀ ਮੱਝ ਢਿੱਲੀ ਸੀ ਮੈਂ ਤਾਂ ਘਰੇ ਰਹਿ ਗਿਆ ਇਹ ਜੇ ਬਹਾਨੇ ਸਾਰੇ ਫਿਰ ਪਿੱਛੇ ਰਹਿ ਜਾਂਦੇ ਹਨ ਬਈ 100 ਬਹਾਨਾ ਬਹਾਨਾ ਬਣਾਉਣ ਤੇ ਆਵੇ ਨਾ ਬਈ ਬੰਦਾ 100 ਬਹਾਨਾ ਬਣ ਜਾਂਦਾ ਹਾਂ 9 ਦੁੱਖ ਦੇ ਦਾ ਬਹਾਨਾ ਬਣ ਜਾਂਦਾ 9 ਦੁੱਖ ਮੇਰਾ ਤਾਂ ਢਿੱਡ ਦੁੱਖਦਾ ਢਿੱਡ ਕਿਹੜਾ ਕਿਸੇ ਨੇ ਦੇਖਿਆ ਹਾਂ ਯਾਰ ਮੇਰਾ ਤਾਂ ਢਿੱਡ ਇਹ ਚ ਨਾ ਔਖਾ ਹੈਗਾ ਵੀ ਐਵੇਂ ਜਾ ਦੇਖੋ ਇਹ ਲੜਾਈ ਆਪਾਂ ਤਾਂ ਇਹੀ ਕਹਿੰਦੇ ਹਾਂ ਬਾਈ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਵੀ ਆਓ ਯਾਰ ਆਪਾਂ ਇੱਥੇ ਆ ਕੇ ਆਪਣਾ ਸਹਿਯੋਗ ਪਾਈਏ ਇਹ ਨੀਗਾ ਵੀ ਪੈਸਿਆਂ ਦੇ ਸਿਰ ਤੇ ਸਹਿਯੋਗ ਤਨ ਮਨ ਧਨ ਇੱਥੇ ਸੇਵਾ ਕਰੋ ਇੱਥੇ ਲੋੜ ਕਿਹੜੀ ਚੀਜ਼ ਦੀ ਆ ਉਹ ਦੇਖੋ ਗਰਾਊਂਡ 'ਤੇ ਆ ਕੇ ਜੀਰੋ 'ਤੇ ਆ ਕੇ ਦੇਖੀਏ ਵੀ ਕੀ 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 ਸਮੱਸਿਆਵਾਂ ਆ ਰਹੀਆਂ ਨੇ ਅਤੇ ਮੋਰਚਾ ਕਹਿੰਦੇ ਕਿਹਨੂੰ ਆ ਉਹ ਮੋਰਚੇ ਤਾਂ ਪਹਿਲਾਂ ਲੱਗਦੇ ਸੀ ਹੋਰ ਹਿਸਾਬ ਨਾਲ ਉਹ ਤਾਂ ਸ਼ਹਾਦਤਾਂ ਵੀ ਹੁੰਦੀਆਂ ਸੀ ਹੁਣ ਤਾਂ ਗੁਰੂ ਮਹਾਰਾਜ ਦੀ ਸਾਡੇ 'ਤੇ ਬੜੀ ਕਿਰਪਾ ਵੀ ਕੋਈ ਇਸ ਤਰ੍ਹਾਂ ਦੀ ਡਰ ਡੁੱਕਰ ਵਾਲੀ ਗੱਲ ਨਹੀਂ ਬੇਸ਼ੱਕ ਫੌਜਾਂ ਲੱਗੀਆਂ ਪਰ ਸਾਡੇ ਸਿੰਘ ਸਾਡੀ ਜਿਹੜੀ ਆਪਣੇ ਕਹਿੰਦੇ ਹਾਂ ਵੀ ਲੋਕ ਨੇ ਉਹ ਬੜੇ ਵਧੀਆ ਤਰੀਕੇ ਨਾਲ ਡਟੇ ਹੋਏ ਨੇ। ਇੰਟਰਨੈਸ਼ਨਲ ਮੀਡੀਆ ਦੀ ਨਿਗਾਹ ਕੋਈ ਊਚ ਨੀਚ ਹੁੰਦੀ ਆ ਤਾਂ ਮਸਲਾ ਹੀ ਨਹੀਂ ਸਾਰੇ ਦੇਸ਼ ਦਾ ਵਪਾਰ ਬੰਦ ਹੋ ਜਾਊਗਾ। ਬਿਲਕੁਲ ਵੀ ਐਂ ਨਹੀਂ ਗੱਲ ਵੀ ਇਹ ਐਂ ਹੁੰਦਾ ਵੀ ਬੰਦਾ ਮੱਖੀ ਆ ਤੇ ਬੰਦਾ ਮਾਰਦਾ ਇਹ ਇੰਟਰਨੈਸ਼ਨਲ ਮੀਡੀਆ ਦੀ ਨਿਗਾਹ ਹੈ। ਜੇ ਕੋਈ ਊਚ ਨੀਚ ਹੁੰਦੀ ਆ ਕਿਸੇ ਬੰਦੇ ਦੇ ਜਦੋਂ ਨਾ ਆਪਣੇ ਪਿੰਡਾਂ ਦੇ ਵਿੱਚ ਵੀ ਕਿਸੇ ਨਾਲ ਝਗੜਾ ਚੱਲਦਾ ਹੋਵੇ ਕੇਸ ਚੱਲਦਾ ਹੋਵੇ ਤਾਂ ਵਿਰੋਧੀ ਬੰਦੇ ਦੇ ਝਰੀਟ ਵੀ ਵੱਜ ਜੇ ਤਾਂ ਵਿਰੋਧੀ ਦੇ ਲੱਗ ਜਾਂਦੀ ਹੁੰਦੀ ਆ। ਬਿਲਕੁਲ ਬਾਈ ਤੇ ਇੱਥੇ ਤਾਂ ਇਹ ਮਜਬੂਰੀ ਬਣੀ ਪਈ ਆ ਸਰਕਾਰਾਂ ਦੀ ਨਿਗਾਹ ਰੱਖਣੀ ਵੀ ਭਾਈ ਕੋਈ ਤਿਲਕੇ ਵੀ ਡਿੱਗ ਪਿਆ ਤਾਂ ਇਹ ਨਾ ਹੋਵੇ ਵੀ ਸਾਡੇ ਜੁੰਮੇ ਲੱਗ ਜੇ। ਬਾਈ ਬਹੁਤ ਮਿਹਰਬਾਨੀ ਤੁਹਾਡੇ ਮੈਂ ਇਹ ਗੱਲ ਕਹਿ ਸਕਦਾ ਬੜੇ ਮਾਣ ਨਾਲ ਕਹਿ ਸਕਦਾ ਕਿ ਇਹ ਉਹ ਬੰਦੇ ਆ ਉਹਨਾਂ ਬੰਦਿਆਂ 'ਚੋਂ ਇੱਕ ਬੰਦਾ ਹੈ ਇਹ ਵੀ ਜਿਨ੍ਹਾਂ ਨੇ ਅੱਜ ਜੋ ਐਡਾ ਸਾਰਾ ਦੇਖ ਰਿਹਾ ਆਪਾਂ ਨੂੰ ਪ੍ਰਭਾਵ ਜਿਨ੍ਹਾਂ ਦਾ ਇਹਦੇ ਵਿੱਚ ਵੱਡਾ ਯੋਗਦਾਨ ਹੈ। ਇਸ ਕਰਕੇ ਬਾਈ ਮੈਂ ਬਾਈ ਡਿਊਟੀ ਆਪਦਾ ਪੰਜਾਬ ਪ੍ਰਤੀ ਜਿਹੜੇ ਫਰਜ਼ ਹੁੰਦੇ ਆ ਉਹ ਨਿਭਾਇਆ ਅਤੇ ਨਿਭਾਉਂਦੇ ਰਹਾਂਗੇ। ਆਪਾਂ ਕਿਸੇ 'ਤੇ ਅਹਿਸਾਨ ਨਹੀਂ ਕੀਤਾ ਵੀ ਮੈਂ ਆਹ ਕਰਤਾ ਮੈਂ ਆਹ ਕਰਤਾ ਨਹੀਂ। ਠੀਕ ਹੈ ਜੇ 2 ਮਹੀਨੇ ਘਰ ਵੀ ਛੱਡਿਆ ਲਾਮਬੰਦੀ ਲਈ ਛੱਡਿਆ ਸੀ ਅਤੇ ਅੱਜ ਦਿਲ ਨੂੰ ਸਕੂਨ ਹੈ ਵੀ ਜਿਹੜਾ ਕੁਛ ਚਾਹੁੰਦੇ ਸੀ ਉਹ ਹੋ ਗਿਆ। ਅਵੇ ਜਿੱਤ ਇਸ ਗੱਲ ਨੂੰ ਜਿੱਤ ਮੰਨਦੇ ਆ ਤੁਸੀਂ ਇਸ ਗੱਲ ਨੂੰ ਜਿੱਤ ਬਹੁਤ ਗੱਲਾਂ 'ਚ ਆਪਣੀ ਜਿੱਤ ਹੋ ਗਈ ਸਾਡਾ ਭਾਈਚਾਰਾ ਸਾਡੇ ਪਿੰਡਾਂ ਦੇ ਚੁੱਲ੍ਹਿਆਂ ਦੀ ਸਾਂਝ ਹੋ ਗਈ ਅਤੇ ਅਸੀਂ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਇੱਥੇ ਆ ਗਏ। ਮੇਰਾ ਪਿੰਡ ਆ ਮੇਰੇ ਪਿੰਡ 'ਚ ਸਭ ਤੋਂ ਵੱਧ ਪਾਰਟੀ ਬਾਜੀ ਆ ਆਹ ਸਾਰਾ ਪਿੰਡ ਮੈਨੂੰ ਬੜੀ ਖੁਸ਼ੀ ਆ। ਮੈਨੂੰ ਇੰਨਾ ਕੁ ਬਾਈ ਚਾਅ ਨਾ ਮੈਥੋਂ ਚਾਹ ਨਹੀਂ ਚੱਕਿਆ ਜਾਂਦਾ ਸਾਰਾ ਪਿੰਡ ਮੇਰਾ ਇਕੱਠਾ ਹੋ ਗਿਆ। ਹੋਰ ਪਿੰਡਾਂ ਦੀ ਵੀ ਸਟੋਰੀ ਇਹ ਆ ਆਪਾਂ ਕੱਲ੍ਹ ਖਬਰ ਪੜ੍ਹਦੇ ਸੀ ਦੋ ਬੰਦੇ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ ਹਾਂਜੀ ਇੱਧਰ ਬਠਿੰਡੇ ਵਾਲੀ ਸਾਈਡ ਦੇ ਇੱਕ ਦੂਜੇ ਦਾ ਪਰਚਾ ਕਰਾਇਆ ਵਾ ਸੀ ਅਤੇ ਉਹ ਇੱਕ ਕੇ ਦੂਜੇ ਨੂੰ ਕਹਿੰਦਾ ਲੈ ਬਈ ਚਾਹ ਪੀ ਲਾ ਉਹ ਕਹਿੰਦਾ ਯਾਰ ਆਰਡੀ ਉਡੀਨੈਸ ਇਹਦਾ ਬਾਅਦ 'ਚੋਂ ਦੇਖਾਂਗੇ ਪਹਿਲਾਂ ਜਾ ਕੇ ਮੈਂ ਤਾਂ ਤੇਰੇ ਵਾਲਾ ਪਰਚਾ ਵਾਪਸ ਲੈ ਆਹ ਚੀਜ਼ ਅਸੀਂ ਇੱਥੋਂ ਲੈ ਕੇ ਚੱਲਾਂਗੇ ਆਪਦਾ ਭਾਈਚਾਰਾ ਦੁਬਾਰੇ ਕਾਇਮ ਕਰਕੇ ਲੈ ਕੇ ਜਾਵਾਂਗੇ ਪਾਰਟੀਆਂ ਪੂਰਟੀਆਂ ਛੱਡ ਕੇ ਜਾਵਾਂਗੇ ਇੱਥੋਂ। ਠੀਕ ਹੈ 2022 ਦੇ ਵਿੱਚ ਜਿਹਨੇ ਜਿਹਨੂੰ ਕਰਨੀ ਆ ਸਪੋਰਟ ਉਹ ਕਰੋ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਿਹੜੀ ਆ ਬਾਬੇ ਨਾਨਕ ਦੇ ਇਸ ਸੰਘਰਸ਼ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਅਤੇ ਆਪਣਾ ਜਿਹੜਾ ਨਾਂ ਗਾ ਪੂਰੀ ਦੁਨੀਆਂ 'ਚ ਬਾਈ ਆਪਣੀ ਐਨ ਅੱਗੇ ਅਮਰੀਕਾ ਸਰਪੰਚ ਸੀ ਹੁਣ ਸਰਪੰਚ ਕੌਣ ਆ ਹੁਣ ਪੰਜਾਬ ਸਰਪੰਚ ਆ ਪੰਜਾਬ ਮੂਹਰੇ ਲੱਗਿਆ ਵਾ ਅਤੇ ਪੰਜਾਬ ਦੇ ਸਾਰੇ ਅਮਰੀਕਾ ਅਮਰੂਕਾ ਉਹਨਾਂ ਦੀ ਵੀ ਅੱਖ ਆਪਣੇ 'ਤੇ ਟਿੱਕੀ ਅਤੇ ਹੁਣ ਆਪਣੇ ਸਰਪੰਚੀ ਦਾ ਤਾਜ ਜਿਹੜਾ ਟਿਕਿਆ ਅਤੇ ਇਹਨੂੰ ਆਪਾਂ ਟਿਕਿਆ ਰਹਿਣ ਦਈਏ ਉਹ ਟਿਕਿਆ ਕਿਵੇਂ ਰਹਿਣਾ ਉਹ ਭਾਈਚਾਰੇ ਕਰਕੇ ਜੇ ਆਪਸ ਵਿੱਚ ਆਪਣਾ ਹੋਊਗਾ ਆਪਸ ਵਿੱਚ ਜਿਹੜਾ ਪਿਆਰ ਆ ਮੇਲ ਮਿਲਾਪ ਆ ਜਿਹੜਾ ਆਪਣਾ ਵਰਤਾਵਾ ਉਹਦੇ ਕਰਕੇ ਬਾਈ ਬਣਨਾ। ਬਿਲਕੁਲ ਬਾਈ ਬਹੁਤ ਵੱਡੀ ਗੱਲ ਆਖੀ ਕਿ ਪੰਜਾਬ ਨੇ ਜਿੱਤਾਂ ਜਿੱਤੀਆਂ ਬਹੁਤ ਆ ਪਰ ਜਿੱਤਾਂ ਸਾਂਭੀਆਂ ਨਹੀਂ ਗੀਆਂ ਇਹ ਸਾਡੇ 'ਤੇ ਇੱਕ ਬਲੇਮ ਆ ਪਰ ਇਸ ਵਕਤ ਆਪਾਂ ਜਿੱਤ
बहुत पक्षों तो जित जित ली आ, भाईचारक मसले तो जित जित ली आ, आपां इकट्ठे हो गए हाँ, बहुत सारिया जितां जित लिया, आपां गुरु साहब का लंगर नूं पूरी दुनिया के पेश करता, आपां पंजाबियों के किरदार नूं पूरी दुनिया के पेश करता, पंजाबियों के जुझारूपुणे नूं पूरी दुनिया के पेश करता। भाई रुपिंदर बहुत मेहरबानी भाई सारिया का।